ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਸਮੂਹਿਕ ਛੁੱਟੀ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਜਗ੍ਹਾ ਜਗ੍ਹਾ ਧਰਨੇ ਲਾਏ ਜਾ ਰਹੇ ਨੇ, ਜਗ੍ਹਾ ਜਗ੍ਹਾ ਪ੍ਰਦਰਸ਼ਨ ਕੀਤਾ ਜਾ ਰਿਹਾ, ਸਰਕਾਰ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ। ਔਰ ਅੱਜ ਇਸ ਵੇਲੇ ਅਸੀਂ ਖਰੜ ਦੇ ਵਿੱਚ ਮੌਜੂਦ ਹਾਂ, ਜਿੱਥੇ ਇਹ ਮੁਲਾਜ਼ਮ ਐਸੋਸੀਏਸ਼ਨ ਦੇ ਜਿਹੜੇ ਲੋਕ ਨੇ ਉਹ ਇਕੱਠੇ ਹੋਏ ਨੇ ਔਰ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ। ਸਵੇਰ ਤੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਰਣਜੀਤ ਸਿੰਘ ਢਿੱਲੋਂ ਇਸ ਵੇਲੇ ਸਾਡੇ ਨਾਲ ਨੇ, ਜਿਹੜੇ ਜੇਈ ਐਸੋਸੀਏਸ਼ਨ ਦੇ ਪ੍ਰਧਾਨ ਨੇ, ਪੰਜਾਬ ਦੇ ਸੂਬਾ ਪ੍ਰਧਾਨ ਨੇ। ਢਿੱਲੋਂ ਸਾਹਿਬ, ਪਹਿਲਾਂ ਵੀ ਆਪਾਂ ਗੱਲਬਾਤ ਕਰ ਰਹੇ ਸੀ, ਚੌਥਾ ਦਿਨ ਹੋ ਗਿਆ ਅੱਜ, ਸਰਕਾਰ ਦੇ ਨਾਲ ਕੋਈ ਗੱਲਬਾਤ ਚੱਲੀ? ਕਦੋਂ ਤੱਕ ਤੁਹਾਡਾ ਪ੍ਰਦਰਸ਼ਨ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ, ਕਿਉਂਕਿ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਤੁਹਾਡੀ ਇਸ ਤਰ੍ਹਾਂ ਦੀ ਸਮੂਹਿਕ ਛੁੱਟੀ ਵਾਲੀ ਹੜਤਾਲ? ਸਾਡੀ ਜਿਹੜੀ ਸਟੇਟ ਦੀ ਕੱਲ੍ਹ ਮੀਟਿੰਗ ਹੋਈ ਸੀ, ਇਹਦੇ 'ਚ ਕੱਲ੍ਹ ਫੈਸਲਾ ਲਿੱਤਾ ਗਿਆ ਸੀਗਾ ਵੀ ਅਸੀਂ ਇਹ 17 ਤਰੀਕ ਤੱਕ ਇਹਨੂੰ ਅੱਗੇ ਵਧਾਵਾਂਗੇ ਸਮੂਹਿਕ ਛੁੱਟੀ ਨੂੰ। ਪਰ ਇਨ ਬਿਟਵੀਨ ਸਾਨੂੰ ਜਿਹੜੀ ਹੈ ਸਰਕਾਰ ਵੱਲੋਂ ਕਾਲ ਆਈ ਅਤੇ ਅਸੀਂ 5 ਵਜੇ ਜਿਹੜੀ 10 ਸੈਕਟਰ ਬਿਜਲੀ ਮੰਤਰੀ ਸਾਹਿਬਾਨ ਨਾਲ ਮੀਟਿੰਗ ਕੀਤੀ ਹੈ ਅਤੇ ਮੀਟਿੰਗ ਬੜੇ ਵਧੀਆ ਹੋਈ, 8:15 ਤੱਕ ਮਸਲਿਆਂ ਦਾ ਹੱਲ ਨਿਕਲਿਆ। ਪਰ ਅਸੀਂ ਕਿਹਾ ਕਿ ਸਾਨੂੰ ਦਿਓ ਕੋਈ ਕਾਗਜ਼ ਤਾਂ ਦਿਓ, ਵੇਟ ਕਰਦੇ ਹਾਂ ਅਸੀਂ। ਅਸੀਂ 10:30 ਵਜੇ ਤੱਕ ਵੇਟ ਕੀਤੀ, ਬਟ ਉਹਨਾਂ ਵੱਲੋਂ ਕੋਈ ਕਾਗਜ਼ ਨਹੀਂ ਦਿੱਤਾ ਗਿਆ ਅਤੇ ਇਸ ਕਰਕੇ ਸਾਨੂੰ ਸਮੂਹਿਕ ਛੁੱਟੀ ਕੰਟੀਨਿਊ ਕਰਨੀ ਪਈ। ਅੱਛਾ, ਤੁਹਾਡੀ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਮੰਗਾਂ ਮੰਨ ਲਈਆਂ ਗਈਆਂ, ਪਰ ਲਿਖਤ ਨਹੀਂ ਤੁਹਾਨੂੰ ਮਿਲਿਆ, ਜਿਸ ਤਰ੍ਹਾਂ ਡਾਕਟਰ ਇਲਜ਼ਾਮ ਲਾ ਰਹੇ ਨੇ? ਹਾਂਜੀ, ਅਸੀਂ ਜਿਹੜਾ ਜਿੱਦਾਂ ਡਾਕਟਰ ਨੂੰ ਨਹੀਂ ਦਿੱਤਾ, ਉੱਦਾਂ ਹੀ ਸਾਨੂੰ ਜ਼ਬਾਨੀ ਗੱਲਾਂ। ਅਸੀਂ ਕਿਹਾ ਸੀ ਵੀ ਤੁਸੀਂ ਕੋਈ ਲਿਖਤੀ ਦਿਓ, ਕਿਉਂਕਿ ਇਹ ਮੰਗਾਂ ਅੱਜ ਤੋਂ ਨਹੀਂ, 2023 ਤੋਂ ਇਹ ਮੰਗਾਂ ਚੱਲਦੀਆਂ ਆ ਰਹੀਆਂ। ਅੱਜ ਦੇਖੋ 24 ਹੋ ਗਿਆ, 24 ਖਤਮ ਹੋਣ ਵਾਲਾ, ਤਾਂ ਹਮੇਸ਼ਾ ਸਰਕਾਰ ਇਹੀ ਕਰਦੀ ਹੈ, ਮੀਟਿੰਗ ਕਰ ਲੈਂਦੀ ਹੈ, ਮੰਗਾਂ ਮੰਨ ਲੈਂਦੀ ਹੈ, ਪਰ ਕੋਈ ਉਹਦੇ 'ਤੇ ਸਰਕੂਲਰ ਜਾਂ ਕੁਛ ਹੋਰ ਚੀਜ਼ ਜਾਰੀ ਨਹੀਂ ਕਰਦੀ। ਅੱਛਾ, ਇੱਕ ਚੀਜ਼ ਹੋਰ, ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਇੱਕ ਚੀਜ਼ ਸਮਝਣਾ ਚਾਹੁੰਦੇ ਨੇ, ਤੁਹਾਡੀਆਂ ਮੁੱਖ ਮੰਗਾਂ ਕਿਹੜੀਆਂ ਨੇ, ਜਿਹੜੀਆਂ 2-3 ਮੁੱਖ ਮੰਗਾਂ ਜਿਨ੍ਹਾਂ 'ਤੇ ਅਗਰ ਸਹਿਮਤੀ ਬਣ ਜੇ ਤਾਂ ਪ੍ਰਦਰਸ਼ਨ ਖਤਮ ਹੋ ਜੇ, ਉਹ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਤੁਹਾਨੂੰ ਸੜਕਾਂ 'ਤੇ ਉਤਰਨਾ ਪਿਆ, ਇਹ ਤੁਹਾਨੂੰ ਦਰੀਆਂ ਵਿਛਾਉਣੀਆਂ ਪਈਆਂ? ਸਾਡੀ ਜਿਹੜੀ ਮੁੱਖ ਮੇਨ ਮੰਗ ਜਿਹੜੀ ਹੈਗੀ ਕਿ ਸਾਡਾ ਜੇ ਕੋਈ ਕਰਮਚਾਰੀ ਸਾਥੀ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਉਹਨੂੰ 1 ਕਰੋੜ ਮੁਆਵਜ਼ਾ ਅਤੇ ਸ਼ਹੀਦ ਦਾ ਦਰਜਾ। ਔਰ ਦੂਜੀ ਜਿਹੜੀ ਹੈਗੀ ਹੈ ਕਿ ਜੇ ਕੋਈ ਸਾਡਾ ਸਾਥੀ ਜਿਹੜਾ ਡਿੱਗ ਕੇ ਜ਼ਖਮੀ ਹੋ ਜਾਂਦਾ ਤਾਂ ਉਹਨੂੰ ਕੈਸ਼ਲੈਸ ਦੀ ਸੁਵਿਧਾ, ਕਿਉਂਕਿ ਇਹਦੀ ਦਿੱਕਤ ਕੀ ਆਉਂਦੀ ਹੈ ਕਿ ਬੰਦਾ ਸਾਡਾ ਹਾਦਸੇ ਸ਼ਿਕਾਰ ਹੋ ਗਿਆ, ਅਸੀਂ ਪੈਸੇ ਇਕੱਠੇ ਕਰਨ ਲੱਗ ਜਾਂਦੇ ਹਾਂ ਸਾਰੇ, ਉਹਦਾ ਇਲਾਜ ਨਹੀਂ ਹੁੰਦਾ, ਉਹਦੇ ਕਰਕੇ ਵੀ ਸਾਨੂੰ ਦਿੱਕਤ ਆਉਂਦੀ ਹੈ ਅਤੇ ਅਸੀਂ ਉਹਦੀ ਕੈਸ਼ਲੈਸ ਸੁਵਿਧਾ ਮੰਗੀ ਹੈ। ਔਰ ਤੀਜਾ ਕੀ ਹੁੰਦਾ, ਪੁਲਿਸ ਪ੍ਰਸ਼ਾਸਨ ਵੱਲੋਂ ਸੰਬੰਧਿਤ ਇੰਪਲੋਈ 'ਤੇ ਹੀ ਜੇਈ ਅਤੇ ਲੈਂਡਮੈਨ ਅਤੇ ALM 'ਤੇ ਪਰਚਾ ਦਰਜ ਕਰ ਦਿੱਤਾ ਜਾਂਦਾ। ਮਤਲਬ ਇਹ ਤਿੰਨੋਂ ਮੰਗਾਂ ਇੱਕੋ ਮਸਲੇ ਨਾਲ ਫਸੀਆਂ ਹੋਈਆਂ ਨੇ ਅਤੇ ਅਸੀਂ ਕਹਿੰਦੇ ਹਾਂ ਵੀ ਇਹ ਹੱਲ ਹੋ ਜਾਏ ਤਾਂ ਕੋਈ ਦਿੱਕਤ ਨਹੀਂ, ਅਸੀਂ ਕੰਮ 'ਤੇ ਆਉਣ ਨੂੰ ਤਿਆਰ ਹਾਂ। ਨਹੀਂ, ਤੁਹਾਡੇ ਕਹਿਣ ਦਾ ਭਾਵ ਹੈ ਕਿ ਡਿਊਟੀ ਦੌਰਾਨ ਜੇ ਕੋਈ ਬਿਜਲੀ ਬੋਰਡ ਦਾ ਮੁਲਾਜ਼ਮ ਜ਼ਖਮੀ ਹੁੰਦਾ ਤਾਂ, ਕਿਉਂਕਿ ਸਰਕਾਰੀ ਮੁਲਾਜ਼ਮ ਨੂੰ ਤਾਂ ਜਿਹੜਾ ਹੈਗਾ ਇਲਾਜ ਮੁਫ਼ਤ ਮਿਲਦਾ, ਫਿਰ ਉਹਨੂੰ ਕੀ ਦਿੱਕਤ ਹੈ, ਕਿਉਂ ਨਹੀਂ ਮਿਲ ਪਾਉਂਦਾ? ਨਹੀਂ, ਸਰਕਾਰੀ ਮੁਲਾਜ਼ਮ ਨੂੰ ਇਲਾਜ ਨਹੀਂ ਮੁਫ਼ਤ ਮਿਲਦਾ ਜੀ। ਸਰਕਾਰੀ ਮੁਲਾਜ਼ਮ ਨੂੰ ਕੀ ਹੈ ਕਿ ਉਹ ਪਹਿਲਾਂ ਆਪਣੀ ਜੇਬ ਦੇ ਵਿੱਚੋਂ ਪੈਸੇ ਲਾਉਣੇ ਪੈਂਦੇ ਆ, ਉਸ ਤੋਂ ਬਾਅਦ ਜਿਹੜੇ ਬਿੱਲ ਹੈ ਉਹ CMO ਤੋਂ ਪਾਸ ਕਰਾ ਕੇ ਉਹਨੂੰ, ਮਤਲਬ ਫਿਰ ਉਹ ਜਾ ਕੇ ਉਹਦੀ ਜੋ ਪੈਸੇ ਸਰਕਾਰ ਚਾਹੁੰਦੀ ਆ ਉਹ ਮਿਲਦੇ ਆ। ਰਿਮਬਰਸਮੈਂਟ ਨਹੀਂ ਮਿਲ ਰਹੀ? ਨਹੀਂ, ਸਾਨੂੰ ਕੋਈ ਰਿਮਬਰਸਮੈਂਟ ਨਹੀਂ ਮਿਲਦੀ, ਪਹਿਲਾਂ ਅਸੀਂ ਆਪ ਖਰਚ ਕਰਦੇ ਹਾਂ ਅਤੇ ਉਹਦੇ ਕਰਕੇ ਮੇਨ ਦਿੱਕਤ ਹੀ ਆਹ ਹੈਗੀ ਹੈ ਜੀ। ਅਸੀਂ ਇਲਾਜ ਕਰਾਈ, ਅਸੀਂ ਜਾ ਕੇ ਬੰਦਾ ਸਾਡਾ ਜ਼ਖਮੀ ਹੋ ਗਿਆ, ਉਹਨੂੰ ਜਾ ਕੇ ਅਸੀਂ 6 ਫੇਸ ਦਾਖਲ ਕਰਾਤਾ, PGI ਦਾਖਲ ਕਰਾਤਾ, ਇਲਾਜ ਵੀ ਹੋਣਾ, ਉਹ ਬੰਦਾ ਵਿਚਾਰਾ ਅਪਾਹਜ ਹੋ ਜਾਂਦਾ ਜਾਂ ਮਰ ਜਾਂਦਾ ਵਿਚਾਰਾ ਉਹ। ਅੱਛਾ, ਇੱਕ ਚੀਜ਼ ਹੋਰ ਸਮਝਾਇਓ ਕਿ ਤੁਹਾਡੀ ਜਿਹੜੀ ਹੜਤਾਲ ਆ, ਇਸ ਹੜਤਾਲ ਦਾ ਪ੍ਰਭਾਵ ਕਿਹੜੇ ਕਿਹੜੇ ਮੁੱਖ ਕੰਮਾਂ 'ਤੇ ਪੈ ਰਿਹਾ, ਆਮ ਲੋਕਾਂ ਨੂੰ ਕਿਸ ਪੱਧਰ 'ਤੇ ਪਰੇਸ਼ਾਨੀ, ਬਿਜਲੀ ਚਲੀ ਗਈ ਉਹ ਦੁਬਾਰਾ ਆਊਗੀ, ਠੀਕ ਹੋਊਗੀ, ਨਹੀਂ ਹੋਊਗੀ, ਟ੍ਰਾਂਸਫਾਰਮ ਮੱਚ ਗਿਆ ਉਹ ਰਿਪੇਅਰ ਕਰੋਗੇ ਨਹੀਂ ਕਰੋਗੇ, ਜਾਂ ਦਫ਼ਤਰੀ ਕੰਮ ਰੁਕ ਰਿਹਾ, ਕਿਹੜੇ ਕੰਮ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ? ਸਰ, ਇਹਦੇ ਵਿੱਚ ਕੀ ਹੈਗਾ ਕਿ ਅਸੀਂ 2-1.5 ਸਾਲ ਤੋਂ ਚੱਲ ਰਹੇ ਹਾਂ, ਮੀਟਿੰਗਾਂ ਹੋ ਰਹੀਆਂ ਨੇ, ਇਹਦੇ ਵਿੱਚ ਸਾਰੇ ਕੰਮ ਪ੍ਰਭਾਵਿਤ ਨੇ ਜੀ।
ਸਮੂਹ 85% ਦੀ ਜਿਹੜੀ ਕੱਲ੍ਹ ਦਾ ਅੰਕੜਾ ਆਇਆ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਨੇ 85% ਮੁਲਾਜ਼ਮ ਨੇ ਜਿਹੜੇ ਉਹ ਲੀਵ 'ਤੇ ਨੇ। ਇਹਦੇ ਵਿੱਚ ਕੋਈ ਵੀ ਕੰਪਲੇਂਟ ਨਹੀਂ ਹੋ ਰਹੀ, ਕੋਈ ਟਰਾਂਸਫਾਰਮਰ ਸੜ ਗਿਆ ਤਾਂ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਇਸ ਗੱਲ ਨੂੰ ਮੰਨਦੇ ਹਾਂ, ਪਰ ਸਰਕਾਰ ਦੀ ਸਮਝ ਨਹੀਂ ਆਉਂਦੀ ਹੈਗੀ ਕਿ ਲੋਕਾਂ ਨੇ ਬਣਾਈ ਸਰਕਾਰ, ਲੋਕਾਂ ਦੀ ਸਰਕਾਰ, ਔਰ ਜੇ ਮੁਲਾਜ਼ਮਾਂ ਨੇ ਕੋਈ ਮੁੱਦਾ ਚੱਕਿਆ ਤਾਂ ਉਹਨੂੰ 1.5 ਸਾਲ ਦੇ ਵਿੱਚ ਹੱਲ ਕਿਉਂ ਨਹੀਂ ਕੀਤਾ। ਬੇਸ਼ੱਕ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ, ਪਰ ਅਸੀਂ ਮਾਫ਼ੀ ਮੰਗਦੇ ਹਾਂ ਉਸ ਚੀਜ਼ ਦੇ ਉੱਤੋਂ, ਪਰ ਜਲਦੀ ਇਹ ਹੈਗਾ ਵੀ ਸਰਕਾਰ ਨੂੰ ਜਿਹੜਾ ਹੈਗਾ ਇਹਦੇ ਬਾਰੇ ਸੋਚ ਕੇ ਮਸਲੇ ਦਾ ਹੱਲ ਕੱਢ ਕੇ ਲੋਕਾਂ ਦੀ ਸਪਲਾਈ ਜਿਹੜੀ ਹੈ ਬਹਾਲ ਕਰਵਾਉਣੀ ਚਾਹੀਦੀ। ਅੱਛਾ, ਚਲੋ ਸਰਕਾਰ ਨਾਲ ਗੱਲਬਾਤ ਦਾ ਦੌਰ ਵੀ ਤੁਹਾਡਾ ਜਾਰੀ ਹੈ, ਪਰ ਜੇ ਗੱਲਬਾਤ ਅਜੇ ਇਸੇ ਤਰ੍ਹਾਂ ਲਟਕਦੀ ਰਹਿੰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕਿਸ ਤਰ੍ਹਾਂ ਦਾ ਐਕਸ਼ਨ ਤੁਹਾਡਾ ਰਹਿਣ ਵਾਲਾ? ਸਾਡਾ ਐਕਸ਼ਨ ਜੀ 17 ਤੱਕ ਸਮੂਹਿਕ ਲੀਵ 'ਤੇ ਹੈਗੇ ਨੇ ਸਾਰੇ ਮੁਲਾਜ਼ਮ। ਅਸੀਂ ਆ ਗੇਟ ਰੈਲੀਆਂ ਜਿਹੜੀਆਂ ਇਹ ਕੱਲ੍ਹ ਵੀ ਜਾਰੀ ਰਹਿਣਗੀਆਂ, ਪਰਸੋਂ ਵੀ ਜਾਰੀ ਰਹਿਣਗੀਆਂ, ਬਾਕੀ ਦੇਖਦੇ ਹਾਂ ਜੀ ਸਰਕਾਰ ਕਿੱਧਰ ਨੂੰ ਜਾਂਦੀ ਹੈ ਜੀ। ਤਾਂ ਕਹਿੰਦੇ ਨੇ ਜੀ ਕਿ ਦੇਖਾਂਗੇ ਸਰਕਾਰ ਕਿਸ ਤਰ੍ਹਾਂ ਦਾ ਰੁੱਖ ਅਖਤਿਆਰ ਕਰਦੀ ਹੈ, ਪਰ ਫਿਲਹਾਲ ਕਹਿੰਦੇ ਨੇ ਗੱਲਬਾਤ ਹੋਈ, ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਮੰਗਾਂ ਮੰਨ ਵੀ ਲਈਆਂ ਗਈਆਂ, ਪਰ ਲਿਖਤ ਦੇ ਵਿੱਚ ਨਹੀਂ ਕੁਝ ਮਿਲਿਆ, ਜਿਸ ਦੇ ਚੱਲਦਿਆਂ ਪ੍ਰਦਰਸ਼ਨ ਜਾਰੀ ਆ। ਤਾਂ ਇਹ ਇਸ ਵੇਲੇ ਖਰੜ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ, ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ। ਔਰ ਬਿਜਲੀ ਬੋਰਡ ਦੇ ਕਰੀਬ 85% ਮੁਲਾਜ਼ਮ ਜਿਹੜੇ ਨੇ ਉਹ ਇਸ ਵੇਲੇ ਸਮੂਹਿਕ ਛੁੱਟੀ ਲੈ ਕੇ ਹੜਤਾਲ ਕਰ ਰਹੇ ਨੇ, ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਜਿਹਦੇ ਚੱਲਦਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਫਿਲਹਾਲ ਦੇਖਦੇ ਹਾਂ, ਇਸ ਵੇਲੇ ਤਾਂ 17 ਤਰੀਕ ਤੱਕ ਇਹ ਪ੍ਰਦਰਸ਼ਨ ਤੇ ਹੜਤਾਲ ਜਾਰੀ ਹੈ, ਅੱਗੇ ਕੀ ਰੁਖ ਰਹੇਗਾ ਸਮਾਂ ਦੱਸੇਗਾ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਖਰੜ, ਮੋਹਾਲੀ।